ਕਲੀਨਿਕ ਤੇ ਜਾ ਰਹੇ ਇੱਕ ਡਾਕਟਰ ਨੂੰ ਲੁਟੇਰਿਆਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਘਟਨਾ ਦੀਨਾਨਗਰ ਦੇ ਗਾਲੜੀ ਰੋਡ ਤੇ ਵਾਪਰੀ ਹੈ, ਜਿੱਥੇ ਲੁਟੇਰਿਆਂ ਵੱਲੋਂ ਡਾਕਟਰ ਨੂੰ ਰਾਹ ਪੁੱਛਣ ਦੇ ਬਹਾਨੇ ਰੋਕਿਆ ਗਿਆ ਤੇ ਫਿਰ ਉਸ ਦੇ ਕਿਰਚ ਮਾਰ ਕੇ ਉਸ ਪਾਸੋਂ ਮੋਬਾਈਲ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ, ਪਰ ਭੱਜਦੇ ਸਮੇਂ ਨਕਦੀ ਲੁਟੇਰਿਆਂ ਪਾਸੋਂ ਉੱਥੇ ਹੀ ਡਿੱਗ ਪਈ। ਥੋੜਾ ਜਿਹਾ ਰੋਕਿਆ ਮੈਨੂੰ, ਬਾਬੇ ਸਿਰਚੰਦ ਤੇ ਜਾਣਾ ਰਸਤਾ ਕਿਹੜਾ ਆ, ਤੇ ਨਾਲ ਹੀ ਮੇਰੀ ਸਾਈਡ ਤੇ ਲੈਫਟ ਸਾਈਡ ਤੇ ਟਰਨ ਕਰਦੇ 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 ਉਹਨਾਂ ਮੈਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਉੱਠਦੇ ਸਾਰ ਹੀ ਮੈਂ ਉੱਠਿਆ, ਉਹਨੇ ਇਮੀਡੀਏਟਲੀ ਕਿਰਚ ਮਾਰੀ ਹੈ ਮੇਰੇ ਇਸ ਸਾਈਡ ਤੇ, ਤਿੰਨ ਵਾਰੀ ਉਹਨੇ ਕਿਰਚ ਮਾਰੀ ਹੈ। ਪਰ ਮੈਂ ਥੋੜਾ ਉੱਥੇ ਭੰਗ ਜੀ ਸੀਗੀ, ਸਲਿਪ ਕਰ ਗਿਆ ਇੱਕ ਵਾਰੀ, ਦੂਸਰੀ ਵਾਰੀ ਉਹਨਾਂ ਨੇ ਹੱਥ ਅੱਗੇ ਪਾ ਕੇ ਤੇ ਮੋਬਾਈਲ ਖੋਲਿਆ, ਪੈਸੇ ਵੀ ਕੱਢ ਲਿਆ। ਤੇ ਉਹਨਾਂ ਕੋਲ ਜਦੋਂ ਉੱਪਰ ਚੜ੍ਹਨ ਲੱਗਾ ਤੇ ਮੋਬਾਈਲ ਉਹਦੇ ਹੱਥ ਚ ਲਿਆ ਗਿਆ, ਪੈਸੇ ਉਹਦੇ ਕੋਲ ਗਿਰ ਗਏ। ਤੇ ਪੈਸੇ ਪਿੱਛੋਂ ਇੱਥੋਂ ਸੁਲਤਾਨੀ ਦੇ ਬੰਦੇ ਸੀਗੇ, ਉਹ ਆ ਰਹੇ ਸੀਗੇ, ਜਦੋਂ ਬਿਲਕੁਲ ਲਾਗੇ ਆ ਗਏ ਤੇ ਉਹ ਦੌੜ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇ ਬਜਰੀ ਦਾ ਟੈਲੀਫੋਨ ਇੱਕ ਤਲਾਹ ਮਿਲੀ ਸੀ ਕਿ ਡਾਕਟਰ ਸੁਮੇਸ਼ ਮਹਾਜਨ ਇਹ ਆਪਣੀ ਕਲੀਨਿਕ ਤੇ ਆ ਰਹੇ ਸੀ, ਤੇ ਰਸਤੇ ਵਿੱਚ ਇਹਨਾਂ ਨੂੰ ਬਰਹਮਪੁਰ ਤੋਂ ਰਸਤੇ 'ਚ ਜਾ ਰਿਹਾ ਸੀ, ਸੁਲਤਾਨੀ ਤੋਂ ਥੋੜ੍ਹਾ ਪਿੱਛੇ ਦੋ ਮੋਟਰਸਾਈਕਲ ਨੌਜਵਾਨ ਜਿਨ੍ਹਾਂ ਦੇ ਸਿਰਾਂ 'ਤੇ ਪਰਨੇ ਬੰਨੇ ਹੋਏ ਸੀ, ਰੋਕੇ ਇਹਨਾਂ ਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਹਨਾਂ ਦੇ ਮੋਬਾਈਲ ਜਿਹੜਾ ਇਹਨਾਂ ਦੀ ਜੇਬ ਦੇ ਵਿੱਚ ਸੀ ਉਹ ਮੋਬਾਈਲ ਖੋਹ ਕੇ ਲੈ ਗਏ, ਅਤੇ ਜਾਣ ਲੱਗੇ ਇਹਨਾਂ ਦੀ ਇੱਕ ਕਿਰਚ ਮਾਰ ਗਏ, ਕਿਰਚ ਮਾਰ ਗਏ ਅਤੇ ਜਿਹੜਾ ਇਹਨਾਂ ਦਾ ਬਾਹਰੀ ਹੋਸਪਿਟਲ ਦੀਨਾਨਗਰ ਇਲਾਜ ਚੱਲ ਰਿਹਾ ਵਾ, ਇੱਥੇ ਆ ਕੇ ਮੌਕੇ 'ਤੇ ਵੇਖੇ ਇਹਨਾਂ ਦਾ ਇਲਾਜ ਚੱਲ ਰਿਹਾ। ਬਾਕੀ ਉਹ ਜਿਹੜੇ ਦੋ ਨੌਜਵਾਨ ਚੱਲ ਗਏ ਵਾਰਦਾਤ ਕਰਕੇ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾਕੇ ਅਲਰਟ ਕਰ ਦਿੱਤੇ ਆ, ਆਪਣੇ ਸੀਨੀਅਰ ਅਫਸਰਾਂ ਦੀ ਨੌਲੇਜ 'ਚ ਲਿਆਤਾ ਵਾ, ਜੋ ਅੱਗੇ ਕਾਰਵਾਈ ਹੋਵੇਗੀ ਉਹ ਕਰਾਂਗੇ। ਦੀਨਾਨਗਰ ਤੋਂ ਦੀਪਕ ਕੁਮਾਰ, ਖਬਰ ਹਰਪਲ ਇੰਡੀਆ ਲਈ।